ਅਸਲਾਮ ਵਾਲੇਕਮ ਜੀ। ਦਾਨਿਸ਼ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਦੋਸਤੋ, 385 ਟਰੈਕਟਰ ਆ ਅਤੇ ਇਹਨੂੰ ਲੈਕਰ ਮਾਰਿਆ ਜਾ ਰਿਹਾ ਅਤੇ ਸਾਡੇ ਨਾਲ ਭਾਈ ਮੌਜੂਦ ਨੇ ਜੀ। ਇਹ ਲਾਹੌਰ ਤੋਂ ਸਪੈਸ਼ਲੀ ਇਹਨਾਂ ਨੂੰ ਬੁਲਾਇਆ ਗਿਆ ਅਤੇ 385 ਦੀ ਪਹਿਲੇ ਤੁਹਾਨੂੰ ਕੰਡੀਸ਼ਨ ਚੈੱਕ ਕਰਵਾ ਦਈਏ ਜੀ। 0 ਮੀਟਰ ਆ ਔਰ ਇਹ ਕਿਉਂਕਿ 0 ਮੀਟਰ ਲਿਆ ਵਾ ਔਰ ਇਹਦੀ ਹਿਫਾਜ਼ਤ ਜਿਹੜੀ ਆ ਉਹ ਫਰਜ਼ ਬਣਦਾ। 38 ਲੱਖ ਰੁਪਇਆ ਦੋਸਤੋ ਨੇ ਉੱਪਰ ਜਿਹੜਾ ਨਾ ਜੀ ਖਰਚ ਕੀਤਾ ਗਿਆ ਅਤੇ ਭਾਈ ਉਹਨਾਂ ਨੂੰ ਪੁੱਛਦੇ ਹਾਂ ਜੀ ਕਿ ਕਿਤਨਾ ਇਹਦੇ 'ਤੇ ਖਰਚਾ ਆ ਜਾਂਦਾ, ਕਿੰਨੇ ਪੈਸੇ ਲੈਂਦੇ ਆ। ਅਗਰ ਤੁਸੀਂ ਵੀ ਆਪਣੇ ਇਲਾਕੇ ਦੇ ਜਿਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਤੇ ਕਿੰਨਾ ਖਰਚਾ ਲੈਣਗੇ, 385 ਦਾ ਕਿੰਨਾ ਵਾ, ਛੋਟਾ ਟਰੈਕਟਰ ਆਉਂਦਾ ਕਿੰਨਾ, ਵੱਡੇ ਟਰੈਕਟਰ ਦਾ ਕਿੰਨਾ। ਅਸਲਾਮ ਵਾਲੇਕੁਮ ਭਾਈ ਜਾਨ, ਕੀ ਹਾਲ ਚਾਲ ਆ? ਭਾਈ ਜਾਨ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਆਪਣੇ ਮੀਆਂ 'ਚ ਨੂੰ ਸ਼ਾਇਦ ਖੁਸ਼ ਆਮਦੀਦ ਕਹਿੰਦੇ ਹਾਂ ਕਿ ਤੁਸੀਂ ਸਾਡੇ ਕੋਲ ਪਹਿਲੀ ਦਫ਼ਾ ਆਏ ਹੋ ਅਤੇ ਇਹ ਦੱਸੋ ਕਿ ਕਿਸ ਤਰ੍ਹਾਂ ਰਾਬਤਾ ਹੈ ਭਾਈ ਉਹਨਾਂ ਦੇ ਨਾਲ? ਨੈੱਟ 'ਤੇ ਮੈਂ ਵੀਡੀਓ ਦਿੰਦਾ ਤਾਂ ਭਾਈ ਉਹਨਾਂ ਨੇ ਮੈਨੂੰ ਨੈੱਟ 'ਤੇ ਫੋਨ ਕੀਤਾ ਜਾਂ ਕਿ ਯਾਰ ਸਾਡੇ 2 ਟਰੈਕਟਰ ਨੇ, ਸਹੀ ਉਹਨਾਂ ਨੂੰ ਲੈਕਰ ਮਾਰਨਾ। ਠੀਕ ਹੋ ਗਿਆ। ਤੇ ਇਹ ਦੱਸੋ ਵੀ ਭਾਈ ਜਾਨ, ਹੁਣ ਤੁਸੀਂ ਤਕਰੀਬਨ ਕਿੰਨਾ ਸਫ਼ਰ ਕਰਕੇ ਆਏ ਹੋ? ਇਹ ਭਾਜੀ, ਮੈਂ ਕਮ ਸੇ ਕਮ ਉੱਥੋਂ ਰਾਤੀ 12 ਵਜੇ ਬੈਠਾ, ਸਵੇਰੇ 7 ਵਜੇ ਪਹੁੰਚਿਆ। ਸਵੇਰੇ 7 ਵਜੇ, ਯਾਨੀ ਕਿ 7 ਘੰਟੇ ਦਾ ਸਫ਼ਰ ਕਰ। ਠੀਕ ਹੋ ਗਿਆ, ਖੈਰੀਅਤ ਦੇ ਨਾਲ ਪਹੁੰਚ ਗਏ। ਚਲੋ ਮਾਸ਼ਾਅੱਲਾ। ਇਹ ਤਾਂ ਖਰਚਾ ਆ ਜਾਂਦਾ ਭਾਜੀ 12,000 ਰੁਪਈਆ। ਠੀਕ ਹੈ, 85 ਤੇ ਜਿਹੜਾ 4x4 ਹੈ ਉਹਦੇ 'ਤੇ ਆਉਂਦਾ 15,000 ਰੁਪਈਆ ਖਰਚਾ। ਠੀਕ ਹੈ, ਲੈਕਰ ਕੰਪਨੀ ਦਾ ਹੁੰਦਾ ਜੇ, ICI ਵਾਲਿਆਂ ਦਾ ਵੀ ਲੈਕਰ ਹੁੰਦਾ ਜੇ, 1-2-3 ਵਾਲਿਆਂ ਦਾ ਵੀ ਹੁੰਦਾ ਜੇ। ਲੈਕਰ ਅਸੀਂ ਲੈ ਕੇ ਆਉਣਾ, ਕਿਰਾਇਆ ਮਾਲਕਾਂ ਦਾ ਹੁੰਦਾ ਜੀ। ਹਾਂਜੀ, ਉਹਦੇ ਵਿੱਚ ਹੀ ਨੇ ਪੈਸੇ, ਇਹਨਾਂ ਨੇ ਸਾਨੂੰ ਸੈਂਡ ਕਰ ਦੇਣੇ ਨੇ, ਅਸੀਂ ਉੱਥੋਂ ਲੈਕਰ ਲਾਹੌਰ ਮਾਰਕੀਟ 'ਚ ਲੈ ਕੇ ਆ ਜਾਣਾ ਜੀ। ਇਹਦੀ ਭਾਜੀ 5 ਸਾਲ ਦੀ ਗਰੰਟੀ ਹੁੰਦੀ ਹੈ। ਹਾਂਜੀ, ICI ਵਾਲਿਆਂ ਦੀ 5 ਸਾਲ ਦੀ ਗਰੰਟੀ ਜੀ। ਠੀਕ ਹੈ, ਉਹਦੇ ਨਾਲ ਗੱਡੀ ਦਾ ਕਲਰ ਨਹੀਂ ਖਰਾਬ ਹੁੰਦਾ, ਗੱਡੀ ਨੂੰ ਜਗਾਲ ਨਹੀਂ ਪੈਂਦਾ। ਇਹਦਾ ਭਾਜੀ ਤੁਹਾਨੂੰ ਦੱਸਿਆ 5 ਸਾਲ ਇਹਦਾ ਬਿਲਕੁਲ ਕਲਰ ਉਂਝ ਦਾ ਉਂਝ ਹੀ ਰਹਿੰਦਾ ਜੀ। ਇਹਨੂੰ ਤਿਆਰ ਤਾਂ ਇਹੀ ਹੈ ਕਿ ਤੁਸੀਂ ਕੱਦੂ ਮਾਰਿਆ, 2 ਦਿਨ ਨਹੀਂ ਵੀ ਧੋਤਾ ਗੱਡੀ ਨੂੰ, ਤਾਂ ਤੁਸੀਂ 3ਰੇ ਦਿਨ ਪਾਣੀ ਮਾਰੋ, ਬਿਲਕੁਲ ਇਹ ਸ਼ੀਸ਼ੇ ਤਰ੍ਹਾਂ ਸਾਫ਼ ਨਿਕਲੇਗਾ। ਨਹੀਂ, ਲੈਕਰ ਸਹੀ ਵੱਜਿਆ ਹੋਵੇ ICI ਵਾਲਿਆਂ ਦਾ ਭਾਜੀ, ਤੇ ਕਲਰ ਖਰਾਬ ਹੀ ਨਹੀਂ ਹੁੰਦਾ, 5 ਸਾਲ ਦੀ ਗਰੰਟੀ ਦਿੰਦੇ ਅਸੀਂ। ਹਾਂਜੀ, ਫਿਰ ਭਾਜੀ ਕਿਰਾਇਆ ਮਾਲਕਾਂ ਦਾ ਤੇ ਅਸੀਂ 6,000 ਰੁਪਇਆ ਲਈਦਾ ਜੀ। ਹਾਂਜੀ ਹਾਂਜੀ ਬਿਲਕੁਲ। ਉਹਦੇ ਵਾਸਤੇ 10,000 ਰੁਪਈਆ ਜੀ ਭਾਜੀ। ਹਾਂਜੀ, ਉਹਦੇ ਨਾਲ ਲੈ ਕੇ ਆਵਾਂਗਾ। ਹਾਂਜੀ, ਕਿਰਾਇਆ ਲੈਣਾ ਜੀ, ਬਿਲਕੁਲ ਜੀ ਬਿਲਕੁਲ। ਬਿਲਕੁਲ ਭਾਜੀ, ਜਾਈਦਾ ਜਿੱਥੇ ਕੋਈ ਬੁਲਾਉਂਦਾ ਜ਼ਿਮੀਦਾਰ ਭਰਾ ਜਾਈਦਾ ਜੀ। ਮੋਬਾਈਲ ਨੰਬਰ ਹੈਗਾ 0321-6364-97। ਠੀਕ ਹੈ, ਠੀਕ ਹੋ ਗਿਆ।